लिखा हुआ है मसला कारोबार या नौकरी इम्तिहान मुकदमा मोहब्बत मोहब्बत में नाकामी औलाद ना होना दोस्ती दुश्मनी शादी वगैरह की है गल्लां पुत दुनिया हाथ दे उते लेना होंदियां औलाद दी भी सफर दियां हर जा लेना होंदियां एना तू जोशी बाबा होंदा तू वेखना होंदा ते पहले अपने आप ते सेट कर ले बाबा जी क्या दिख रहे थे याद मेरा देख लें जरा क्या तो तेरा हाथ उदना दा नाल दा तेरा अब ड्रामा करके गया उदना मेरा देख लें मेरा देख लें जरा बता मैं वखा के गया उदना नाल दा तेरा मेरा भी देख लें ना मैं दिखाने आया हूं पैसे दे ओ जो साइड दे पुत ताड़ी में पैसे दे मैं ऐसा ना करो पुत जाओ पैसे दूंगा मैं नहीं लेंदा पैसे हो जो साइड तो देख ले मेरा फिर वही गल आ देख लो तू ही ड्रामा करदे रजे नहीं आज फिर आ गए हो नहीं हाथ देख नहीं पुत उदन करदे रजे मैं तो आया नहीं मुझे बता दे ये हाथ मेरा देख चलो हाँ तो देख लें हाथ ही देखते हैं ना जोशी है ना जोशी बाबा हाथ देख लें हाथ की लकीरें क्या बता रही बहा के गया तेरा नाल दा वो खलोता आई मेरी हाथ की लकीरें देख लें मैं अपनी हाथ की लकीरें दिखाने मैं क्या मैं देखे तो अब मेरा भी देख मैं पता जो बाज तुम बोलते लाते हो क्या जो वादा लाया जो परे होते थे यूट्यूब क्या है मुझे बता दे क्या पता नहीं लैना था तू बच्चा सतारे जंतरियां आंदियां सतारे बदलते रब दे हुक्म नाल लैना दा हिसाब आ हराम हिसाब आ इहदा हराम है एक मिनट हद देखना हराम ओए होए मैं तो आप चिट्टी दाढ़ी रखी हूं मैं तेन की कहवा हराम है कि नहीं अल्लाह तेनु नमाज पढ़ दे हदायत दवे पुत्र नमाज पढ़ दे हां पढ़ दे नमाज नबी पाक सल्लल्लाहु अलैहि वसल्लम ने फरमाया कि हद दियां लकीरां नहीं वेख सकदे हराम है किवें फ्यूचर दस ਉਹ ਸਤਾਰੇ ਦਾ ਪੁੱਤ ਜ਼ਿਕਰ ਆ ਸ਼ਮਸ਼ੋ ਵੱਲ ਕਮਰੋ ਪੱਥਰ ਦਾ ਵੀ ਜ਼ਿਕਰ ਆ ਕੁਰਾਨ 'ਚ ਹਟ ਜੀ ਬਾਜ਼ ਆ ਜਾਓ ਹਟ ਜੀ ਕਿੱਥੋਂ ਲਿਖਿਆ ਆ ਕਿਤਾਬ ਜੰਤਰੀਆਂ ਛਾਪ ਜੰਤਰੀਆਂ 50 ਰੁਪਏ ਦੀ ਕਿਤਾਬ ਚੁੱਕ ਕੇ ਲੈ ਆਉਂਦੇ ਤੁਸੀਂ ਕਹਿੰਦੇ ਹੋ ਕਿਤਾਬ ਇਹ ਕਿਤਾਬ ਹੈ ਜੀ ਹਦੀਸ 'ਚ ਲਿਖਿਆ ਹੈ ਕੋਈ ਕੁਰਾਨ 'ਚ ਲਿਖਿਆ ਹੈ ਦੱਸੋ ਮੈਨੂੰ ਬਹੁਤ ਚੋਵੇ ਆ ਫਿਰ ਬਹਿਸ ਤੂੰ ਕਰੀ ਜਾਣੀ ਬਹਿਸ ਆਪ ਕਰ ਰਹੇ ਮੇਰੇ ਸਾਥ ਮੈਂ ਤਾਂ ਹਰ ਬਾਤ ਦਾ ਜਵਾਬ ਦੂੰਗਾ ਆ ਜਾਓ ਪਤਾ ਜਾਓ ਪਲਾਓ ਨਹੀਂ 50 ਰੁਪਏ ਦੀ ਕਿਤਾਬ ਲੈ ਕੇ ਮੈਨੂੰ ਕਹੋਗੇ ਕਿ ਇਹਦੇ ਤੇ ਇੰਜ ਹੋ ਲਈ ਹੈ ਜੰਤਰੀ ਲਿਖੀ ਤੇ ਮੰਤਰੀ ਲਿਖੀ ਜੰਤਰ ਮੰਤਰ ਪੜ੍ਹ ਕੇ ਤੇ ਤੁਸੀਂ ਲੋਕਾਂ ਨੂੰ ਉਹ ਪੁੱਤ ਲੈਣਾ ਦਾ ਹੋਰ ਕੰਮ ਕਰ ਲੈ ਬੰਦਾ ਜੰਤਰ ਮੰਤਰ ਕੋਈ ਹੋਰ ਕੰਮ ਕਰ ਲਓ ਮਿਹਨਤ ਮਜ਼ਦੂਰੀ ਕਰ ਲੈ ਹੈ ਮਸਲਾ ਇਹ ਲਿਖਿਆ ਹੋਇਆ ਮਸਲਾ ਕਾਰੋਬਾਰ ਜਾਂ ਨੌਕਰੀ ਇਮਤਿਹਾਨ ਮੁਕਦਮਾ ਮੁਹੱਬਤ ਨਾਕਾਮ ਮੁਹੱਬਤ ਮੇਂ ਨਾਕਾਮੀ ਔਲਾਦ ਨਾ ਹੋਣਾ ਦੋਸਤੀ ਦੁਸ਼ਮਣੀ ਸ਼ਾਦੀ ਵਗੈਰਾ ਕੀ ਹੈ ਦੋਸਤੀ ਕਰੋ ਦੋਸਤ ਗੱਲਾਂ ਪੁੱਤ ਹੁੰਦੀਆਂ ਹੱਥ ਦੇ ਉੱਤੇ ਲੈਣਾ ਹੁੰਦੀਆਂ ਔਲਾਦ ਦੀ ਵੀ ਔਲਾਦ ਬੱਚਿਆਂ ਦੀਆਂ ਵੀ ਲੈਣਾ ਹੁੰਦੀਆਂ ਨੇ ਹਾਲਾਤ ਦੀਆਂ ਸਫ਼ਰ ਦੀਆਂ ਹਰ ਜਾ ਲੈਣਾ ਹੁੰਦੀਆਂ ਬਾਬਾ ਕਿਸ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਹੈ ਆਪਣੇ ਤਾਂ ਪਹਿਲੇ ਹਾਲਾਤ ਸੈੱਟ ਕਰ ਲੈ ਉਹ ਪੁੱਤਰ ਜਾਓ ਬਹਿਸ ਨਾ ਕਰੋ ਆਪਣੇ ਤਾਂ ਪਹਿਲੇ ਹਾਲਾਤ ਸੈੱਟ ਕਰ ਲੈ ਜੇ ਤੇਰੇ ਇੰਨਾ ਤੂੰ ਜੋਸ਼ੀ ਬਾਬਾ ਹੁੰਦਾ ਤੂੰ ਵੇਖਣਾ ਹੁੰਦਾ ਤੇ ਪਹਿਲੇ ਆਪਣੇ ਆਪ ਤੇ ਸੈੱਟ ਕਰ ਲੈ ਉਹ ਪੁੱਤ ਤੂੰ ਨਵਾਂ ਮੈਂ ਉਹਦਾ ਮੀਰ ਅਹਿਮਦ ਦਾ ਹੱਥ ਵੇਖਿਆ ਲਾਹੌਰ ਨੂਰ ਵਾਲੇ ਦਾ ਵੇਖਿਆ ਅਹਿਮਦ ਮੀਰ ਦਾ ਨਹੀਂ ਨਹੀਂ ਮੇਰੇ ਕੋਲ ਕਾਰਡ ਅਜੇ ਵੀ ਪਿਆ ਜੀ ਵਾਲਿਆਂ ਦਾ ਦਿਖਾਓ ਜ਼ਰਾ ਸੁਣ ਮੇਰੀ ਇਧਰ ਕਾਰਡ ਦਿਖਾਏ ਜ਼ਰਾ ਮੈਂ ਅਹਿਮਦ ਮੀਰ ਆਪਕੇ ਪਾਸ ਇੱਕ ਮਿੰਟ ਪਾਸ ਅਹਿਮਦ ਮੀਰ ਕਾ ਹੱਥ ਦੇਖਾ ਹੈ ਸੁਣੋ ਕੀ ਲਿਖਿਆ ਹੈ ਪੁਰਾਣੀ ਗੱਲ ਆ ਹੁਣ ਦੀ ਨਹੀਂ ਹੈ ਅਹਿਮਦ ਮੀਰ ਕੇ ਹੱਥ ਮੇ ਕੀ ਲਿਖਿਆ ਚਲੋ ਫੇਰ ਉਹੀ ਗੱਲ ਕੀ ਲਿਖਿਆ ਸੀ ਮੈਂ ਦੱਸਿਆ ਵੀ ਉਦਾਂ ਵੇਖਿਆ ਹੱਥ ਪਹਿਲੇ ਕਸਪਰਸ ਵਾਲਿਆਂ ਦਾ ਵੀ ਹੱਥ ਵੇਖਿਆ ਕਿਹਦਾ ਐਕਸਪ੍ਰੈਸ ਮੇਰਾ ਵੀ ਵੇਖ ਲਓ ਅਹਿਮਦ ਮੀਰ ਦਾ ਵੇਖ ਲੈ ਤੇ ਮੇਰਾ ਵੀ ਵੇਖ ਲਓ ਤੇਰੇ ਨਾਲ ਬਹਿਸ ਕਰਦਾ ਕਿਹੜਾ ਪੁੱਤਰ ਜੇ ਤੇਰਾ ਅੱਲਾਹ ਤੈਨੂੰ ਹਦਾਇਤ ਮੇਰਾ ਵੀ ਵੇਖ ਲਓ ਨਾ ਅੱਲਾਹ ਤੁਹਾਨੂੰ ਹਦਾਇਤ ਦੇ ਬਾਬਾ ਜੀ ਬਾਬਾ ਜੀ ਮੈਂ ਅੱਗੇ ਅੱਲਾਹ ਤੁਹਾਨੂੰ ਹਦਾਇਤ ਦੇ ਅੱਲਾਹ ਤੁਹਾਨੂੰ ਕੋਈ ਦੂਸਰੇ ਕੰਮ ਤੇ ਕੋਈ ਦੂਸਰੇ ਕੰਮ ਵਾਲੇ ਪਾਸੇ ਬਹਿਸ ਨਾ ਕਰ ਮੈਂ ਨਹੀਂ ਇਹ ਫਲੈਕਸ ਲਾ ਦੋ ਇਹ ਗਲਤ ਹੈ ਅੱਛਾ ਇਹ ਗਲਤ ਫਲੈਕਸ ਲੱਗੀ ਪੁੱਤ ਮੇਰੀ ਤੇ ਜਿਹੜੀ ਮੁਹੱਬਤ ਮੈਂ ਨਾਕਾਮੀ ਔਲਾਦ ਕਾ ਨਾ ਹੋਣਾ ਔਲਾਦ ਤੁਸੀਂ ਦੇਣੀ ਹੈ ਉਹ ਪੁੱਤ ਮੈਨੂੰ ਵੈਸੇ ਔਲਾਦ ਤੁਸੀਂ ਦੇਣੀ ਹੈ ਪਹਿਲੇ ਮੈਨੂੰ ਇਸ ਚੀਜ਼ ਦਾ ਜਵਾਬ ਦੇ ਦੇ ਔਲਾਦ ਤੁਸੀਂ ਦੇ ਉਹ ਕਿਵੇਂ ਦੇਓ ਦੀ ਤਕਲੀਫ ਆ ਮੈਂ ਦੇਣੀ ਅੱਲਾਹ ਨੇ ਦੇਣੀ ਆ ਮੈਂ ਦੇਣੀ ਆ ਤੈਨੂੰ ਇਹ ਕਿਉਂ ਲਿਖਿਆ ਔਲਾਦ ਕਾ ਵੱਡਿਆ ਡਰਾਮਾ ਕਰਨਾ ਨਹੀਂ ਔਲਾਦ ਕਾ ਨਾ ਹੋਣਾ ਕੀ ਮਤਲਬ ਔਲਾਦ ਤੁਸੀਂ ਫੇਰ ਉਹ ਔਲਾਦ ਕਾ ਨਾ ਹੋਣਾ ਔਲਾਦ ਦੇ ਤਾਂ ਬੱਚਿਆਂ ਦੀਆਂ ਲੈਣਾ ਹੁੰਦੀਆਂ ਹੱਥ ਦੇ ਉੱਤੇ ਕਿਹੜੀਆਂ ਲੈਣਾ ਮੇਰੀ ਉਹ ਹੀ ਲੈਣ ਵੇਖ ਲਓ ਮੇਰੀ ਸ਼ਾਦੀ ਕਦੋਂ ਹੋਣੀ ਆ ਮੈਨੂੰ ਦੱਸ ਓ ਯਾਰ ਪੁੱਤਰ ਜਾ ਤੇ ਮੇਰੀ ਸ਼ਾਦੀ ਹੱਥ ਜੋੜੇ ਜਾ ਮੇਰਾ ਪੁੱਤ ਜਾ ਪੁੱਤ ਜਾ ਨਹੀਂ ਇਹ ਦੋਸਤੀ ਕਰਵਾ ਦਿਓ ਚਲੋ ਸ਼ਾਦੀ ਤੇ ਨਹੀਂ ਹੋ ਰਹੀ ਮੇਰੀ ਦੋਸਤੀ ਕਰਵਾ ਦਿਓ ਜਾਓ ਬਟਾ ਜਾਓ ਆਪਣਾ ਕੰਮ ਕਰੋ ਜਾਓ ਬਾਬਾ ਜੀ ਫਿਰ ਇਹ ਡੋਂਗ ਬਾਜ਼ੀ ਖਤਮ ਕਰ ਦਿਓ ਬੰਦ ਕਰ ਦਿਓ ਬੜੀ ਹੋ ਗਈ ਜਿੰਨਾ ਕੀ ਦੇਰ ਤੁਸੀਂ ਚਲਾਤੀ ਚਲਾਤੀ ਕੋਈ ਹੋਰ ਮਿਹਨਤ ਮਜ਼ਦੂਰੀ ਕਰ ਲਓ ਕਿਉਂ ਇਸਲਾਮ ਦੇ ਪਾਸੇ ਗਲਤ ਪਾਸੇ ਲਾ ਰਹੇ ਹੋ ਤੁਸੀਂ ਆਵਾਮ ਨੂੰ ਉਮਰਾ ਕਰ ਰਹੇ ਹੋ ਇਹ ਸ਼ਿਰਕ ਹੈ ਹੈ ਆਰਾਮ ਦਿੱਤਾ ਗਿਆ ਹੈ ਨਾ ਇਸ ਚੀਜ਼ ਨੂੰ ਇਸ ਕੰਮ ਨੂੰ ਤੁਸੀਂ ਇੱਥੇ ਲਿਖਿਆ ਹੈ ਬੜੇ ਫਲੈਕਸ ਦੇ ਉੱਤੇ ਮਸਲਾ ਕਾਰੋਬਾਰ ਨੌਕਰੀ ਇਮਤਿਹਾਨ ਮੁਕਦਮਾ ਐ ਮੁਹੱਬਤ ਮੇਂ ਨਾਕਾਮੀ ਔਲਾਦ ਕਾ ਨਾ ਹੋਣਾ ਬਾਬਾ ਜੀ ਕੀ ਤੁਸੀਂ ਕਰਦੇ ਪਏ ਹੋ ਇਹ ਸਾਰਾ ਕੁਝ ਹਰਾਮ ਹੈ ਹਾਂ ਇਹ ਦੇਖੇ ਇੱਕ ਵਾਰ ਜ਼ਰੂਰ ਅਜ਼ਮਾਏ ਐ ਤਮੰਨਾ ਕਿਸੇ ਵੀ ਹੋ ਪੂਰੀ ਹੋਗੀ
ਬਾਬਾ ਜੀ ਅਜ਼ਮਾ ਲਓ। ਇਹਨੂੰ ਕੀ ਕਹਿੰਦੇ ਨੇ? ਇਹ ਕੀ ਹੈ? ਇਹ ਕੀ ਹੈ? ਹੈਂ? ਰਮਲ ਕਹਿੰਦੇ ਚਾਚਾ। ਰਮਲ ਇਹਦੇ ਨਾਲ ਕੀ ਹੁੰਦਾ? ਇਹ ਤੈਨੂੰ ਹੁਣ ਇਹ ਵੀ ਨਹੀਂ ਪਤਾ ਦੇ ਵੀ ਮੈਂ ਦੱਸਾਂ ਮੈਂ ਤੈਨੂੰ ਰਮਲ ਕੀ ਹੁੰਦਾ? ਦੱਸ ਦਿਓ ਨਾ, ਮੈਨੂੰ ਨਹੀਂ ਪਤਾ ਹੈਗਾ। ਇਹਦੇ ਫਿਲਮਾਂ 'ਚ ਰਿਕਾਰਡ ਵੀ ਚੱਲੇ ਸੀ, ਰਮਲੀ ਵੇ ਰਮਲੀ, ਪੁੱਛਦੀ ਕਮਲੀ ਕਦੋਂ ਮਿਲਾਂਗੀ ਇਹਨੂੰ, ਰਮਲ ਕਹਿੰਦੇ ਜਾਜਾ ਕਰਦੇ ਕਰਦੇ 16 ਸ਼ਕਲਾਂ ਦਾ ਜਾਜਾ ਬਣਦਾ ਇਹਦਾ। ਚਲੋ ਬਣਾਓ। ਹਾਂ ਉਹ ਪੁੱਤ ਜਾ ਬਹਿਸ ਨਾ ਕਰ, ਜਾ ਮੇਰਾ ਪੁੱਤ ਹੁਣ ਬਸ ਤੂੰ ਕਰ। ਸਾਰੀ ਨੌਕਰਬਾਜ਼ੀ ਕਰ ਰਹੇ ਹੈ, ਹੈਂ? ਔਲਾਦ ਕਾ ਨਾ ਔਲਾ, ਤੋਬਾ ਨਾ ਉਸ ਬਿਲਾ, ਔਲਾਦ ਇਹਨਾਂ ਨੇ ਦੇਣੀ ਹੈ, ਹੈਂ? ਯਹਾਂ ਪੇ ਬੈਠੇ ਹੋਏ ਹੈ, ਰੰਗਬਾਜ਼ੀਆਂ ਕਰ ਰਹੇ ਹੈ, ਔਰ ਬੇਵਕੂਫ ਲੋਕ ਆ ਜਾਂਦੇ ਹੈ ਬਣਨੇ ਕੇ ਲੀਏ। ਮਾਏ ਬਹਿਨੇ ਜੋ ਸਾਈਡ ਏਰੀਓ ਸੇ ਆਤੇ ਹੈ, ਦੇਹਾਤੋਂ ਸੇ ਆਤੇ ਹੈ, ਗਾਓਂ ਸੇ ਆਤੇ ਹੈ, ਵੋ ਯਹਾਂ ਪਰ ਆ ਕੇ ਬੈਠ ਜਾਤੇ। ਬਾਬਾ ਜੀ, ਬਾਬਾ ਜੀ ਨੇ ਇੱਕ ਫਲੈਕਸ ਲਗਾ ਲਈ ਹੈ ਕੋਈ 100 ਰੁਪਏ ਕੀ, ਔਰ ਇਸ ਕੇ ਉੱਪਰ ਲਿਖਦੇ ਆ ਜੀ ਔਲਾਦ ਕਾ ਨਾ ਹੋਣਾ ਮੇਰੇ ਪਾਸ ਆਏ, ਮੈਂ ਔਲਾਦ ਦੂੰਗਾ, ਉਸ ਤੋਂ ਬਾਅਦ ਅਸਤਗਫਿਰੁੱਲਾ। ਯੇ ਸਾਰਾ ਸ਼ਿਰਕ ਹੈ। ਯੇ ਗਲਤ ਹੈ ਕਿ ਨਹੀਂ ਹੈ? ਹਾਂ ਗਲਤ ਹੈ। ਗਲਤ ਜੋ ਇਨਕੇ ਪਾਸ ਆਤੇ ਹੈ ਹਾਥ ਦਿਖਾਨੇ ਕੇ ਲੀਏ, ਵੋ ਵੀ ਬੇਵਕੂਫ ਹੈ, ਵੋ ਵੀ ਜਾਹਿਲ ਲੋਗ ਹੈ ਜੋ ਆਤੇ ਹੈ ਇਨਕੇ ਪਾਸ। ਹਾਂ ਤੋ ਯੇ ਇਸਲਾਮ ਸੇ ਦੂਰ ਕਰਨੇ ਹੈ, ਅੱਲਾ ਕੇ ਪਾਸ ਜਾਓ ਭਾਈ, ਜੋ ਵੀ ਮੰਗਣਾ ਹੈ ਮਸਜਿਦ ਜਾਓ, ਨਮਾਜ਼ ਪੜ੍ਹੋ, ਦੁਆ ਕਰੋ, ਅੱਲਾ ਸਭ ਕੁਛ ਕਰੇਗਾ। ਕੁਰਾਨ ਮੇਂ ਵੀ ਇਹ ਲਿਖਾ ਹੋਇਆ ਹੈ, ਹਰ ਚੀਜ਼ ਕਾ ਇਲਾਜ ਕੁਰਾਨ ਮੇਂ ਹੈ। ਇਨਕੇ ਪਾਸ ਕੁਛ ਵੀ ਨਹੀਂ ਹੈ, ਯੇ ਜਾਲੀ ਬਾਬੇ ਜੋ ਲੋਗੋ ਕੋ ਲੂਟ ਰਹੇ ਹੈ ਸਿਰਫ ਬੇਵਕੂਫ ਬਣਾ ਕੇ, ਤੋ ਇਨਕੇ ਪਾਸ ਜੋ ਆਤੇ ਵੋ ਵੀ ਜਾਹਲ ਹੈ, ਉਨਕੋ ਵੀ ਮੈਂ ਜਾਹਲ ਹੀ ਕਹੂੰਗਾ, ਜੋ ਇਨਕੇ ਪਾਸ ਆਤੇ ਇਨਕੋ ਹਾਥ ਦਿਖਾਤੇ ਹੈ। ਤਿੰਨ ਜੈਸੇ ਫਰਾਡੀਓ ਸੇ ਬਚੇ, ਤੋ ਆਜ ਕੇ NPG ਮੀਡੀਆ ਮੇਂ ਬਸ ਇਤਨਾ ਹੈ।